पंचायत विभाग वालों समाणा के पिंड दुल्लड़ के जिहड़ी पंचायती जमीन है उसकी बोली कराई जा रही है। पंचायत विभाग के अधिकारी पहुंचे हैं, किसानों ने भी बोली अमन अमान नाल चल रहा है, तुम देख रहे हो बोली दी जा रही है। देखो पूरी अमन अमान नाल प्रशासन वालों जिहड़ी पंचायत विभाग की जिहड़ी बोली है करवाई जा रही है, और इस बार सरकार नूं ते पंचायत विभाग ने डबल बोली हुई है। पिछले बार 12,000 रुपए प्रति एकड़ के हिसाब से बोली हुई थी, इस बार 25,000 सरकार ने रेट रखे, उसके बाद किसान बद रेट से भी बोली दे रहे हैं। इस पंचायती जमीन की किन्ने बाजारी है, किन्नी जमीन है, गलबात भी करेंगे, पहले किसानों ने गलबात करते हैं। शंगारा सिंह जी, तुसी किन्नी जमीन दी बोली दे रहे हो? असीं दे रहे हैं जी 1 किला 6 नाल दी जी। 1 किला 6 नाल, हाँ जी। किन्ने गई है बोली? बोली गई 25,000 में जी। ठीक है, हाँ ठीक है। गवर्नमेंट तो हदायतां ने जी तां दित्ती है जी, नहीं हुण साडे कड़ा हत्थ कहिंदे मरदी जमीन घट हो जांदी, पर गवर्नमेंट कहिंदे भी कोई रखो चाहे कोई ना रखो, ਸਾਡੀ ਤਾਂ 25,000 ਤੋਂ ਘੱਟ ਨਹੀਂ ਅਸੀਂ ਘੱਟਦੇ। ਸਰਕਾਰ ਗੇਟ 25,000 ਹੈ ਮਾਲੀ, ਇਸ ਤੋਂ ਉੱਪਰ ਵੀ ਜਾ ਰਿਹਾ ਨਹੀਂ? ਉਹਦੇ ਉੱਪਰ ਤਾਂ ਕੁਝ ਲੋਕ ਕਿਰਪਾ ਮਹਾਰਾਜ ਨੂੰ ਜਾਵੇ ਜੀ, ਬਿਲਕੁਲ ਅਮਨ ਅਮਾਨ ਨਾਲ ਚੱਲ। ਹਾਂ ਜੀ, ਅਮਨ ਅਮਾਨ ਚੱਲ। ਇੱਥੇ ਬਲਾਕ ਪੰਚਾਇਤ ਵਿਭਾਗ ਦੇ ਅਧਿਕਾਰੀ DDPO ਪਟਿਆਲਾ ਪਹੁੰਚੇ ਹਨ, ਉਹਨਾਂ ਨੇ ਵੀ ਗੱਲਬਾਤ ਕਰਦੇ ਹਨ ਕਿਸ ਤਰ੍ਹਾਂ ਚੱਲ ਰਹੀ ਹੈ ਔਰ ਕਿੰਨੀ ਜ਼ਮੀਨ ਹੈ ਟੋਟਲ ਇੱਥੇ। ਮੈਡਮ DDPO ਸਾਹਿਬ, ਇਹ ਜਿਹੜੀ ਬੋਲੀ ਕਰਾ ਰਹੇ ਪੰਚਾਇਤ ਵੱਲੋਂ ਪਿੰਡ ਦੀ ਜਿਹੜੀ ਦੁੱਲੜ ਦੀ ਹੈ, ਟੋਟਲ ਜ਼ਮੀਨ ਕਿੰਨੀ ਬੋਲੀ ਹੈ, ਕਿੰਨੇ ਤੱਕ ਰੇਟ ਮਤਲਬ ਫਿਕਸ ਰੇਟ ਸਰਕਾਰ ਵੱਲੋਂ ਕੀ ਰੱਖਿਆ ਗਿਆ? ਐਕਚੁਅਲੀ ਇੱਥੇ 229 ਏਕੜ ਹੈਗੀ ਹੈ ਟੋਟਲ ਲੈਂਡ, ਤੀਜਾ ਹਿੱਸਾ ਜਿਹੜਾ ਆਪਾਂ SC ਕਮਿਊਨਿਟੀ ਦੇ ਲੋਕਾਂ ਨੂੰ ਦੇ ਰਹੇ ਹਾਂ, ਐਂਡ ਲਾਸਟ ਈਅਰ ਇੱਥੇ 12,000 ਪ੍ਰਤੀ ਏਕੜ ਦਾ ਰੇਟ ਸੀਗਾ, ਐਤਕੀ ਅਸੀਂ 25,000 ਪਰ ਏਕੜ ਤੋਂ ਸਰਕਾਰੀ ਰੇਟ ਸ਼ੁਰੂ ਕੀਤਾ, ਅਤੇ ਸਾਡੀ ਜਿਹੜੀ ਬੋਲੀ ਹੈਗੀ ਹੈ ਸ਼ਾਂਤੀ ਨਾਲ ਜੀ, ਡਬਲ ਤੋਂ ਵੀ ਉੱਪਰ ਹੋਈ ਹੈ, ਡਬਲ ਦੇ ਉੱਪਰ ਹੋਈ ਹੈ ਜੀ। ਤੇ ਪਿਛਲੀ ਵਾਰ 12 ਇਤਕੀ 25 ਹੈ ਜੀ, ਤੇ 25 ਤੋਂ ਉੱਪਰ ਵੀ ਦੇ ਰਹੇ ਨੇ ਕੁਝ ਕਿਸਾਨ? ਬਿਲਕੁਲ ਹਾਂ ਜੀ, ਦੇ ਰਹੇ ਨੇ। ਤੇ ਬਿਲਕੁਲ ਸ਼ਾਂਤੀ ਨਾਲ ਚੱਲ ਰਹੇ? ਬਿਲਕੁਲ ਸ਼ਾਂਤੀ ਨਾਲ ਚੱਲ ਰਹੇ। ਹੋਰ ਵੀ ਇੱਥੇ ਪਿੰਡ ਦੇ ਵਸਨੀਕ ਖੜੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਕੀ ਨਾਮ ਤੁਹਾਡਾ? ਸਤਨਾਮ ਸਿੰਘ। ਸਤਨਾਮ ਸਿੰਘ ਜੀ, ਕਿਆ ਕਹੋਗੇ ਜਿਹੜੀ ਬੋਲੀ ਹੋ ਰਹੀ ਹੈ? ਬੋਲੀ ਠੀਕ ਹੋ ਰਹੀ ਹੈ ਜੀ। ਠੀਕ ਹੈ, ਹਾਂਜੀ ਹਾਂਜੀ। ਤੇ ਰੇਟ ਵੀ ਠੀਕ ਹੈ? ਰੇਟ ਅਸੀਂ ਕਹਿੰਦੇ ਸੀ ਵੀ ਬੇਨਤੀ ਕਰੀ ਸੀ DDPO ਪਟਿਆਲਾ ਨੂੰ ਵੀ ਸਾਨੂੰ ਥੋੜਾ ਜਿਹਾ ਘੱਟ ਕਰ ਦਿਓ, ਤੇ ਚਲੋ ਮਹਿਕਮਾ ਨਹੀਂ ਮੰਨ ਰਿਹਾ, ਹੁਣ ਅਸੀਂ ਕੀ ਕਰ ਸਕਦੇ? ਚਲੋ ਉਹ ਤਾਂ ਤੁਹਾਡੀ ਪੰਚਾਇਤ ਕਈ ਪੈਸੇ ਪਿੰਡ 'ਚ ਹੀ ਲੱਗਣਾ ਹੈ? ਨਹੀਂ, ਪੰਚਾਇਤ ਤਾਂ ਹੁਣ ਹੈ ਨਹੀਂ ਜੀ ਸਾਡੀ, ਪੰਚਾਇਤਾਂ ਭੰਗ ਹੋਈਆਂ ਹੋਈਆਂ ਨੇ। ਤੁਸੀਂ ਵੀ ਦੇਓਗੇ? ਵਧੇਰੇ ਬੋਲੀ ਹੈ ਤੁਹਾਡੇ? ਹਾਂ ਹਾਂ ਜੀ, ਹਾਂ ਸਾਡੇ ਲਈ ਵੀ ਹੈਗੀ, ਅਸੀਂ ਵੀ ਦੇਵਾਂਗੇ।